ਫਿਲੌਰ 'ਚ ਇੱਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਮਗਰੋਂ ਕਤਲ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਫਿਲੌਰ ਦੇ ਵਿੱਚ ਘਟਨਾ ਵਾਪਰੀ ਜਿੱਥੇ ਇੱਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਮਗਰੋਂ ਉਸਦਾ ਕਤਲ ਕਰਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮੋਨੂ ਵਜੋਂ ਇਸ ਮੁਲਜ਼ਮ ਦੀ ਪਛਾਣ ਹੋਈ ਹੈ, ਜਿਸ ਨੂੰ ਕਿ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਗਿਆ। ਮੁਲਜ਼ਮ ਮੋਨੂ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ। ਮੁਲਜ਼ਮ ਮੋਨੂ ਤੇ ਬੋਲਣ ਅਤੇ ਸੁਣਨ ਤੋਂ ਅਸਮਰਥ ਬੱਚੀ ਨਾਲ ਬਲਾਤਕਾਰ ਮਗਰੋਂ ਕਤਲ ਦਾ ਦੋਸ਼ ਹੈ, ਜਿਸ ਦੇ ਤਹਿਤ ਉਸਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਸੋ ਸਾਡੇ ਨਾਲ ਪ੍ਰਮੋਦ ਕੌਸ਼ਲ ਇਸ ਵੇਲੇ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪ੍ਰਮੋਦ, ਕੀ ਕੁਛ ਜਾਣਕਾਰੀ ਹੈ ਜਿਸ ਦੇ ਨਾਲ ਇਸ ਨਾਬਾਲਿਗ ਕੁੜੀ ਦੇ ਨਾਲ ਬਲਾਤਕਾਰ ਮਗਰੋਂ ਉਸਦਾ ਕਤਲ ਕੀਤਾ ਗਿਆ, ਜਿਸ ਨੂੰ ਹਰ ਕਿਸੇ ਨੇ ਉਸ ਸਕਤੇ 'ਚ ਪਾ ਦਿੱਤਾ? ਜੀ ਰਾਧਾ, ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਅਕਿਊਜ਼, ਜਿਹੜਾ ਮੁਲਜ਼ਮ ਪੁਲਿਸ ਨੇ ਅਰੈਸਟ ਕੀਤਾ ਆ, ਇਹ ਪਿੰਡ ਦਾ ਹੀ ਰਹਿਣ ਵਾਲਾ ਹੈ ਔਰ ਇਸਨੇ ਬੱਚੀ ਨੂੰ ਵਰਗਲਾ ਕੇ, ਮੀਨਸ ਉਹਨੂੰ ਦਬਣ ਆਪਣੇ ਨਾਲ ਬੱਚੀ ਨੂੰ ਲੈ ਗਿਆ ਸੀ। ਬੱਚੀ ਜਿਹੜੀ ਸੀ ਉਹ ਬੋਲਣ ਔਰ ਸੁਣਨ ਤੋਂ ਅਸਮਰਥ ਸੀ ਔਰ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਬੱਚੀ ਸੀ, ਜਿਸਦਾ ਇਸਨੇ ਬਹੁਤ ਹੀ ਬੇਰਹਿਮੀ ਦੇ ਨਾਲ ਰੇਪ ਤੋਂ ਬਾਅਦ ਜਾਣੀ ਕਤਲ ਕੀਤਾ ਔਰ ਇਹੀ ਕਾਰਨ ਸੀ ਕਿ ਪੁਲਿਸ ਲਗਾਤਾਰ ਇਸ ਮੁਲਜ਼ਮ ਨੂੰ ਫੜਨ ਦੇ ਲਈ ਲਗਾਤਾਰ ਪੁਲਿਸ ਜਿਹੜੀ ਹੈ ਉਹ ਡਟੀ ਹੋਈ ਸੀ ਔਰ ਪੁਲਿਸ ਦੇ ਹੱਥ ਕਲੂ ਵੀ ਜਿਹੜੇ ਸਨ ਉਹ ਵੀ ਸਪੋਟ ਤੋਂ ਲੱਗੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਸੋ ਕਿਸ ਤਰ੍ਹਾਂ, ਕਿਆ ਇਹ ਇਕੱਲਾ ਹੀ ਇਸ ਵਿੱਚ ਸ਼ਾਮਿਲ ਸੀ, ਕੋਈ ਹੋਰ ਵੀ ਇਸ ਦੇ ਨਾਲ ਸ਼ਾਮਿਲ ਸੀ, ਕੋਈ ਜਾਂਚ ਹੋਰ ਸਾਹਮਣੇ ਆਇਆ? ਫਿਲਹਾਲ ਪੁਲਿਸ ਇਸ ਮਾਮਲੇ 'ਚ ਪੂਰੀ ਜਾਂਚ ਕਰ ਰਹੀ ਹੈ ਔਰ ਪੁਲਿਸ ਮੁਤਾਬਕ ਫਿਲਹਾਲ ਇਸ ਇੱਕੋ ਹੀ ਬੰਦੇ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਔਰ ਇੱਕੋ ਹੀ ਬੰਦੇ ਦਾ ਜਿਹੜਾ ਹੱਥ ਆ ਉਹ ਵੀ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹ ਇਕੱਲਾ ਹੀ ਇਸ ਪੂਰੇ ਕਾਰੇ ਨੂੰ ਇਹਨੇ ਅੰਜਾਮ ਦਿੱਤਾ ਹੈ। ਹਾਲਾਂਕਿ ਪੁਲਿਸ ਜਿਹੜੀ ਹੈ ਉਸਨੇ ਇਹਨੂੰ ਰਿਮਾਂਡ 'ਤੇ ਲਿਆ ਔਰ ਰਿਮਾਂਡ ਬਾਰੇ ਜਿਹੜੀ ਪੁੱਛਗਿੱਛ ਹੈ ਉਹ ਲਗਾਤਾਰ ਚੱਲ ਰਹੀ ਹੈ ਤਾਂ ਕਿ ਜੇ ਕੋਈ ਹੋਰ ਇਹਦਾ ਸਾਥੀ ਹੈ ਤੇ ਉਸ ਨੂੰ ਵੀ ਨਾਲ ਦੇ ਨਾਲ ਹੀ ਗ੍ਰਿਫਤਾਰ ਕੀਤਾ ਜਾਵੇ। ਸੋ ਕਿਆ ਇਹ ਪਰਿਵਾਰ ਨੂੰ ਪਹਿਲਾਂ ਤੋਂ ਜਾਣਦਾ ਸੀ, ਕਿਉਂਕਿ ਜਿਸ ਤਰ੍ਹਾਂ ਵਰਗਰਾ ਕੇ ਕੁੜੀ ਨੂੰ ਨਾਬਾਲਿਗ ਬੱਚੀ ਨੂੰ ਲੈ ਕੇ ਗਿਆ? ਜੀ ਇਹ ਮੀਨਸ ਉਸ ਬੱਚੀ ਦੇ ਘਰ ਦੇ ਨੇੜੇ ਤੇੜੇ ਹੀ ਇਹ ਰਹਿੰਦਾ ਸੀ ਔਰ ਬੱਚੀ ਨੂੰ ਇਹ ਜਾਣਦਾ ਵੀ ਸੀਗਾ, ਇਸੇ ਕਰਕੇ ਬੱਚੀ ਨੂੰ ਜਿਹੜਾ ਹੈ ਨਾਲ ਲੈ ਗਿਆ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰਮੋਦ ਫਿਲਹਾਲ ਦੀ ਜਾਣਕਾਰੀ ਲਈ। ਸੋ ਫਿਲਹਾਲ ਇਸ ਸ਼ਖਸ ਮੋਨੂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲੌਰ ਦੇ ਵਿੱਚ ਹੈ ਸ਼ਰਮਨਾਕ ਘਟਨਾ ਵਾਪਰੀ, ਜਿੱਥੇ ਇਸ ਨਾਬਾਲਿਗ ਬੱਚੀ ਜੋ ਕਿ ਬੋਲਣ ਸੁਣਨ ਤੋਂ ਅਸਮਰਥ ਸੀ ਉਸਦਾ ਬਲਾਤਕਾਰ ਕਰਕੇ ਕਤਲ ਕਰਤਾ ਗਿਆ।